ਮੰਗਦਾ ਜੀ ਮੈਂ ਆਪਣੇ ਗੁਰੂ ਦਾ ਦੀ ਰਾਖੀ ਨਹੀਂ ਕਰ ਸਕਿਆ। ਮੈਂ ਤਾਂ ਸਹਿਜ ਪਾਠ ਅੱਜ ਤੋਂ ਸ਼ੁਰੂ ਕਰ ਰੱਖਿਆ ਅਤੇ ਉਸ 'ਤੇ ਮੈਂ ਸਿਰਫ ਮਾਫ਼ੀ ਮੰਗਦਾ ਅਤੇ ਸਾਰੇ ਸਿੱਖਾਂ ਨੂੰ ਬੇਨਤੀ ਕਰਦਾ ਆਓ ਆਪਾਂ ਮਿਲ ਕੇ ਪਹਿਲਾਂ ਤਾਂ ਗੁਰੂ ਤੋਂ ਮਾਫ਼ੀ ਮੰਗੀ ਹੈ ਕਿ 17 ਸਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਹੋ ਗਏ, ਅਸੀਂ ਦੋਸ਼ੀ ਨਹੀਂ ਫੜ ਸਕੇ, ਅਸੀਂ ਆਪਸ ਵਿੱਚੋਂ ਦੋਸ਼ੀ ਲੱਭਣ 'ਤੇ ਲੱਗੇ ਹਾਂ ਅਤੇ ਜਿਹੜਾ ਅਸਲ ਦੋਸ਼ੀ ਹੈ ਉਹਦੇ ਵੱਲ ਹੋਏ ਨਹੀਂ। ਮੈਂ ਕਿਸੇ ਵਿਅਕਤੀ ਦੇ ਬਾਰੇ ਕੁਛ ਨਹੀਂ ਕਹਿੰਦਾ, ਜਿਹੜੇ ਵਿਅਕਤੀਆਂ ਦੀ ਹੁਣ ਜਾਂਚ ਹੋ ਰਹੀ ਹੈ ਕੌਣ ਦੋਸ਼ੀ ਹੈ, ਸਾਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਸਾਰੇ ਸਿੱਖ ਪੰਥ ਨੂੰ। ਅਤੇ ਦੁਬਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੁਨੇਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ, ਏਕ ਪਿਤਾ ਏਕ ਕਿਸਕੇ ਹਮ ਵਾਰਿਸ, ਜਾਣੋ ਜੋਤ ਨਾ ਪੁੱਛੋ ਜਾਤੀ, ਇਹ ਸਾਰਿਆਂ ਦੇ ਅੱਗੇ ਲੈ ਕੇ ਜਾਣਾ ਚਾਹੀਦਾ ਭਵਿੱਖ ਦੇ ਵਿੱਚ। ਅਕਾਲੀ ਚੰਡੀਗੜ੍ਹ ਵਿਧਾਨ ਸਭਾ ਵਿੱਚ ਗਏ ਸੀ ਖੇਤੀਬਾੜੀ ਯੋਗ ਨੀਤੀ ਨੂੰ ਲਾਗੂ ਕਰਵਾਉਣ ਦੇ ਲਈ, ਪਰ ਉਹ ਕਹਿ ਰਹੇ ਵੀ ਕੇਂਦਰ ਸਰਕਾਰ ਨੇ ਸਾਡੇ ਨਾਲ ਬਣਾਉਣ ਵਾਸਤੇ ਕਹਿ ਰਹੇ ਹੋ ਜੀ? ਦੇਖੋ ਖੇਤੀਬਾੜੀ ਲਈ ਜੋ ਮੋਦੀ ਸਾਹਿਬ ਨੇ ਕੰਮ ਕੀਤਾ ਉਹ ਲਾਗੂ ਹੋ ਚੁੱਕਾ, ਹਰ ਇੱਕ ਕਿਸਾਨ ਨੂੰ ਸਨਮਾਨ ਦੀ ਮਿਲ ਰਹੀ ਹੈ, ਹਰ ਇੱਕ ਕਿਸਾਨ ਦਾ ਜਿਹੜੀ ਫਸਲ ਹੈ, ਮੈਨੂੰ ਦੱਸੋ ਕਿਹੜੇ ਦਾ ਝੋਨਾ ਰਹਿ ਗਿਆ ਚੁੱਕਣ ਵਾਲਾ, ਕਿਹੜੇ ਦੀ ਕਣਕ ਰਹਿ ਗਈ ਚੁੱਕਣ ਵਾਲੀ, ਕਿਹੜੇ ਦਾ ਕਮਾਦ ਰਹਿ ਗਿਆ ਚੁੱਕਣ ਵਾਲਾ, ਜਿਹੜੀਆਂ ਬਾਕੀ ਫਸਲਾਂ। ਹੁਣ ਸਾਡਾ ਚਾਹੀਦਾ ਫੂਡ ਪ੍ਰੋਸੈਸਿੰਗ ਕਰਨਾ ਜਿਹਦੇ ਅਸੀਂ ਪੈਸੇ ਦੀ ਆਪਣੀ ਕੀਮਤ ਵਧਾ ਸਕੀਏ, ਅਸੀਂ ਪਾਣੀ ਦਾ ਪ੍ਰਬੰਧ ਕਰਨਾ ਯੋਗ, ਜਿਹੜਾ ਸਾਡੇ ਇੱਥੇ ਪਾਣੀ ਸੁੱਕਦਾ ਜਾ ਰਿਹਾ, 500 ਫੀਟ ਥੱਲੇ ਪਾਣੀ ਚਲਾ ਗਿਆ, ਇਹਨੂੰ ਬਹਿ ਕੇ ਚਰਚਾ ਕਰਨ ਦੀ ਲੋੜ ਹੈ ਮਿਲ ਕੇ। ਅਸੀਂ ਸਾਰੇ ਹੀ ਜਿਹੜੇ ਆ ਨਾ ਪਿਆਰ ਦੇ ਪੰਥ ਹੀ ਹੈ ਅਤੇ ਪਿਆਰ ਦਾ ਮਾਰਗ ਹੀ ਸਾਨੂੰ ਅੱਗੇ ਲੈ ਕੇ ਜਾਣ ਵਾਲਾ ਆ। ਮੈਂ ਆਪ ਕਿਸਾਨ ਹਾਂ, ਕਿਸਾਨੀ ਘਾਟੇ ਦਾ ਸੌਦਾ, ਇਹਦੇ ਲਈ ਅਸੀਂ ਵੀ ਪ੍ਰਧਾਨ ਮੰਤਰੀ ਜੀ ਹਮੇਸ਼ਾ ਸੋਚਦੇ ਰਹਿੰਦੇ ਆ, ਜਿੰਨੀਆਂ ਸਕੀਮਾਂ ਨੇ 225 ਦੇ ਕਰੀਬ ਸਕੀਮਾਂ ਆਮ ਸ਼ਹਿਰੀ ਦੇ ਵਿਕਾਸ ਲਈ ਹੈ, ਆਓ ਪਿੰਡ ਪੱਧਰ 'ਤੇ ਲਾਗੂ ਕਰੀਏ, ਉਹਦਾ ਫਾਇਦਾ ਉਠਾਈਏ। ਇੱਕ ਧਾਰਮਿਕ ਭਾਜਪਾ ਦੇ ਅਕਾਲੀ ਦਲ ਤੋਂ ਬਗੈਰ ਜਿੱਤ ਪ੍ਰਾਪਤ ਨਹੀਂ ਹੋਊਗੀ? ਦੇਖੋ ਅਸੀਂ ਸੁਨੇਹਾ ਪਿਆਰ ਦਾ, ਜਿਸ ਧਰਤੀ 'ਤੇ ਅਸੀਂ ਖੜ੍ਹੇ ਹਾਂ ਇਸ ਧਰਤੀ 'ਤੇ ਇੱਕੋ ਹੀ ਗੱਲ ਹੋਈ ਹੈ, ਸਾਚ ਕਹੋ ਸੁਣ ਲਏ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰੇਮ ਦਾ ਸੁਨੇਹਾ ਹਰ ਘਰ 'ਚ ਲੈ ਕੇ ਜਾਵਾਂਗੇ, ਹਰ ਘਰ ਦੇ ਵਿੱਚ ਇੱਕੋ ਹੀ ਗੱਲ ਇੱਥੇ ਹੋਈ ਹੈ ਕਿ ਇਸ ਧਰਤੀ 'ਤੇ ਗੀਤ ਗਾਇਆ ਗਿਆ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਜਦੋਂ ਸਾਰਾ ਦੇਸ਼ ਅੱਗੇ ਵੱਧ ਰਿਹਾ ਅਤੇ ਪੰਜਾਬ ਦੇ ਅੱਗੇ ਵਧਣ 'ਚ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਸਾਨੂੰ ਦੂਰ ਕਰਨਾ ਚਾਹੀਦਾ। ਮੈਂ ਸ਼ਰਮਿੰਦਾ ਹਾਂ ਇੱਕ ਸਿੱਖ ਹੋਣ ਦੇ ਨਾਤੇ, ਅਸੀਂ ਪੰਜਾਬ ਦੇ ਵਿੱਚ ਅੱਜ ਚਰਚਾ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਰੱਖਣ ਲਈ ਆਪਣੀ ਜਾਨ ਦੀਆਂ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ, ਅੱਜ ਅਸੀਂ ਫੈਸਲਾ ਇਹ ਕਰ ਰਹੇ ਹਾਂ ਕਿ ਕੌਣ ਕੌਣ ਦੋਸ਼ੀ ਹੈ ਕੌਣ ਕੌਣ ਨਹੀਂ ਦੋਸ਼ੀ। ਮੈਂ ਅੱਜ ਵੀ ਲਿਖਿਆ ਸੀ ਫੇਸਬੁੱਕ 'ਤੇ ਕਿ ਇੱਕ ਸਹਿਜ ਪਾਠ ਕਰੀਏ, ਮਾਫ਼ੀ ਮੰਗੀਏ ਗੁਰੂ ਤੋਂ, ਅਸੀਂ ਵੀ ਕਿਸੇ ਢੰਗ ਨਾਲ ਇਸ ਗੁਸਤਾਖੀ ਦੇ ਜ਼ਿੰਮੇਵਾਰ ਹੈ ਕਿ ਅਸੀਂ ਆਪਣੇ ਬਾਪ ਦੀ ਰਾਖੀ ਨਾ ਕਰੀਏ। ਤੂੰ ਸਾਂਝਾ ਸਾਹਿਬ ਬਾਪ ਹਮਾਰਾ ਸਿਫਤੀ ਭਰੇ ਤੇਰੇ ਭੰਡਾਰਾ, ਉਹਦੀ ਅਸੀਂ ਸਿਫਤ ਜਿਹੜੀ ਹੈ ਗੁਰੂ ਦਾ ਸੁਨੇਹਾ ਘਰ ਘਰ ਲਿਜਾਣ ਲਈ, ਗੁਰੂ ਦਾ ਪਿਆਰ ਘਰ ਘਰ ਲਿਜਾਣ ਲਈ ਅਸੀਂ ਪੂਰਾ ਯਤਨ ਕਰਾਂਗੇ। ਦੇਖੋ ਪੰਜਾਬ ਸਾਡੀ ਆਪਣੀ ਧਰਤੀ ਹੈ, ਅਸੀਂ ਪੰਜਾਬ ਦੀਆਂ ਦੇ ਘਰ ਘਰ ਗਏ, ਸਾਡੀ ਅੱਗੇ ਨਾਲੋਂ ਵੋਟ ਜਿਹੜੀ ਪ੍ਰਸੈਂਟੇਜ ਹੈ 3 ਗੁਣਾ ਵੱਧ ਗਈ, 19% ਵੱਧ ਗਈ। ਅਸੀਂ ਦੋਵੇਂ ਗੱਲਾਂ ਪੰਜਾਬ ਦੀਆਂ, ਮੈਂ ਆਪ ਕਿਸਾਨ ਹੈ, ਕਿਸਾਨੀ ਘਾਟੇ ਦਾ ਸੌਦਾ, ਮੋਦੀ ਜੀ ਨੇ ਬਹੁਤ ਕੁਛ ਕੀਤਾ ਕਿਸਾਨੀ ਲਈ, ਜਿਹੜੀ ਹੈ ਕਿਸਾਨ ਸਨਮਾਨ ਨਿਧੀ, ਯੂਰੀਆ, ਹੋਰ ਬਹੁਤ ਕੁਛ ਕਰਨ ਦੀ ਲੋੜ ਹੈ। ਲੇਕਿਨ ਇੱਕੋ ਚੀਜ਼ ਹੈ ਕਿ ਅਸੀਂ ਕਦੇ ਵੀ ਅਮਨ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ, ਅਮਨ ਸ਼ਾਂਤੀ ਲਈ ਆਪਾਂ ਸਾਰੇ ਮਿਲ ਕੇ ਕੰਮ ਕਰੀਏ। ਕੋਈ ਵੀ ਪ੍ਰਧਾਨ ਮੰਤਰੀ, ਮੈਂ ਇਸ ਗੱਲ ਦਾ
ਕਿਉਂਕਿ ਇੱਕ ਲੇਖਕ ਹੈ, ਮੈਂ ਇਹਦੇ 'ਤੇ ਕਿਤਾਬ ਵੀ ਲਿਖੀ ਹੈ। ਅੱਜ ਤਾਈਂ ਕਿਸੇ ਪ੍ਰਧਾਨ ਮੰਤਰੀ ਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਪੰਜਾਬ ਲਈ, ਖਾਸ ਕਰਕੇ ਸਿੱਖਾਂ ਲਈ ਮੋਦੀ ਜੀ ਨੇ ਕੀਤਾ। ਅਤੇ ਉਹਨਾਂ ਦੀ ਜਿਹੜੀ ਪੰਜਾਬ ਪ੍ਰਤੀ ਸੋਚ ਹੈ, ਪੰਜਾਬ ਪ੍ਰਤੀ ਉਹਨਾਂ ਦਾ ਪਿਆਰ ਹੈ, ਇਹਦਾ ਲਾਹਾ ਸਾਨੂੰ ਲੈਣਾ ਚਾਹੀਦਾ।